ਜਾਰਦਨ ਵੀਰੇ ਨਾਲ ਟੱਚ ਵਿੱਚ ਰਹੇ ਸੀ ਹੂੰ ਵੀਰੇ ਦਾ ਫੋਨ ਆਉਦਾ ਸੀ ਗੱਲਬਾਤ ਹੁੰਦੀ ਸੀ ਕੁਛ ਨਾ ਕੁਛ ਜਿਹਾ ਸ਼ੇਅਰ ਕਰਦੇ ਹੁੰਦੇ ਆ ਹੂੰ ਤੇ ਗਾਣੇ ਮੈਂ ਵੀਰੇ ਨੂੰ ਭੇਜੇ ਹੋਏ ਹਨ ਬਲਕ ਦੇ ਵਿੱਚ ਭੇਜੇ ਹੋਏ ਹਨ ਉਹ ਲੱਭਦੇ ਹੁਣ ਬੰਦਾ ਘਰ ਘਰ ਹੁੰਦਾ ਸੀਗਾ ਕੋਵਿਡ ਦੇ ਟਾਈਮ ਤੇ ਹਨ ਟਾਈਮ ਵਾਧੂ ਸੀ ਉਹ ਵੀਰੇ ਨੇ ਫਿਰ ਗਾਣੇ ਬੜੇ ਪੜਦੇ ਹੋਣੇ ਆ ਕਿਸੇ ਇੱਕ ਦਿਨ ਇੱਕ ਦਿਨ ਦੇਖੇ ਉਹਨਾਂ ਨੇ ਉਹਨਾਂ ਨੂੰ ਇੱਕ ਗਾਣਾ ਚੋਂ ਲੱਗਿਆ ਵੀ ਆਹ ਇਗਨੋਰ ਕਿਦਾਂ ਕਰਤਾ ਮੈਂ ਗਾਣਾ ਉਸੀ ਪੈਸਿਆਂ ਤੇ ਐਸਿਆਂ ਤੇ ਵੈਸਿਆਂ ਤੇ ਨਹੀਂ ਡਾਉਣ ਲੱਗੇ ਜੱਟ ਨੇ ਆ ਕੇਅਰ ਕਰੀਆ ਹੂੰ ਉਹ ਵੀਰੇ ਨੇ ਫਿਰ ਗਾਣਾ ਕੀਤਾ ਉਹ ਗਾਣਾ ਕਰਕੇ ਚਲੋ ਉਹਦਾ ਰਿਸਪੌਂਸ ਸੋਨਾ ਰਿਹਾ ਉਹਦਾ ਹੂੰ ਉਹ ਗੱਲ ਸਭ ਨੂੰ ਐ ਲੱਗਾ ਵੀ ਮੇਰੀ ਗੱਲ ਹੈ ਵੀ ਸਭ ਨੂੰ ਐ ਲੱਗਾ ਵੀ ਅਸਲ ਚ ਵੀਰੇ ਗਾਣਾ ਉਹੀ ਚੱਲਦਾ ਹੈ ਜਦੋਂ ਲੋਕਾਂ ਨੂੰ ਲੱਗਦਾ ਵੀ ਜਦੋਂ ਉਹ ਲੱਗਦਾ ਵੀ ਰਿਲੇਟ ਕਨੈਕਟ ਹੋ ਜਾਂਦੇ ਲੋਕ ਹਾਂ ਚਲੋ ਇੱਥੋਂ ਤੱਕ ਅਜੇ ਨਾਰਮਲ ਸੀ ਗੱਲ ਉਸ ਤੋਂ ਬਾਅਦ ਕੋਵਿਡ ਦਾ ਥੋੜਾ ਜਿਹਾ ਖੋਲਿਆ ਥੋੜੇ ਜਿਹਾ ਚੀਜ਼ਾਂ ਈਜ਼ੀ ਹੋਈਆਂ ਵੀ ਆਪਾਂ ਐਕਸੈਸ ਹੋਈ ਹੈਨਾ ਇੱਕ ਦੂਜੇ ਤੱਕ ਪਹੁੰਚਣਾ ਹੋਇਆ ਤੇ ਅਸੀਂ ਸਟੂਡੀਓ ਬੈਠੇ ਹਾਂ ਬਾਈ ਹੁਣੀ ਆਏ ਹੋਏ ਸੀ ਜੱਸੀ ਵੀਰੇ ਦੇ ਸਟੂਡੀਓ ਬੈਠੇ ਹਾਂ ਬਾਈ ਹੁਣੀ ਆਏ ਸੀ ਉੱਥੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗਾਣਾ ਜਾਰਡਨ ਸੰਧੂ ਆਏ ਹਾਂਜੀ ਹੂੰ ਉਹਨਾਂ ਨੇ ਕਿਹਾ ਵੀ ਗਾਣਾ ਕਿਦਾਂ ਆਪਾਂ ਮੈਂ ਵੀਰੇ ਆਪਾਂ ਦੱਸੋ ਮੈਨੂੰ ਵੀ ਕਿਵੇਂ ਕਰਨਾ ਹੈ ਕਿਉਂਕਿ ਅੰਦਰ ਵੀ ਮੈਂ ਕੁਝ ਸੁਣਾਉ ਮੈਂ ਉਹਨੂੰ ਗਾਣੇ ਸੁਣਾਏ ਵੀਰੇ ਦੋ ਤਨ ਦੋਵਰੀ ਜੱਟ ਉਹਨਾਂ ਚ ਸੁਣਾਇਆ ਸੀ ਅੱਛਾ ਜਿਹੜਾ ਦੋਵਰੀ ਜੱਟ ਗਾਣਾ ਹੈ ਇਹ ਹੋਰ ਹੀ ਮਾਹੌਲ ਦਾ ਸੀ ਹੂੰ ਰੋਣ ਵਾਲਾ ਮਰਨ ਵਾਲਾ ਗਾਣਾ ਸੀ ਹਾਂ ਵੀ ਇੱਕ ਆਸ਼ਕ ਨੂੰ ਮਰ ਜਾਈ ਉਹ ਜਿੰਨਾ ਦੁੱਖ ਨੂੰ ਲੱਗਾ ਤੇ ਵੀਰੇ ਨੇ ਇੱਕ ਸਜੈਸਟ ਕੀਤਾ ਉਹ ਕਹਿੰਦੇ ਵੀ ਆਪਾਂ ਉਹਦੋਂ ਨਾ ਤੀਜੇ ਵੀਕ ਗਾਣਾ ਉਹਨਾਂ ਦਾ ਬਹੁਤ ਚੱਲਿਆ ਸੀ ਹਾਂ ਕਹਿੰਦੇ ਵੀ ਜੱਸੀ ਵੀਰੇ ਤੇ ਉਹ ਸ਼ਾਇਦ ਜੱਸੀ ਵੀਰੇ ਨੇ ਕਿਹਾ ਸੀ ਜਾਂ ਜਾਰਡਨ ਵੀਰੇ ਨੇ ਕਿਹਾ ਸੀ ਜਾਂ ਦੋਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਬੀਟ ਬਣਾਉਣੇ ਆ ਹੂੰ ਉਹ ਜਦੋਂ ਬੀਟ ਬਣਿਆ ਗਾਣਾ ਬਈ ਉਹ ਹੋਰ ਹੀ ਬਣ ਗਈ ਚੀਜ਼ ਹੂੰ ਉਹ ਗੱਲ ਹੀ ਹੋਰ ਬਣ ਗਈ ਹੂੰ ਉਹ ਸਵਾਦ ਹੀ ਵਧਾਇਆ ਕਰੇ ਹੈ ਅੱਛਾ ਉਦੋਂ ਦੇ ਗਾਣੇ ਇੰਨੇ ਕਮਰਸ਼ੀਅਲ ਲੈਵਲ ਤੇ ਮਤਲਬ ਸ਼ੂਟ ਨਹੀਂ ਸੀ ਹੋ ਪਾਰੇ ਕੋਵਿਡ ਦਾ ਸਟਿਲ ਸੀਗਾ ਵੀ ਇੱਕ ਰੀ ਤੁਹਾਨੂੰ ਪਤਾ ਵੀ ਇੱਕ ਰੀ ਜਦੋਂ ਸਾਰਾ ਕੁਝ ਖੋਲ ਗਿਆ ਸੀ ਦੁਬਾਰਾ ਫੇਅਰ ਹੋ ਗਿਆ ਸੀ ਹਣਾ ਉਹ ਉਸ ਟਾਈਮ ਦੀ ਗੱਲ ਆ ਅੱਛਾ ਉਹ ਗਾਣਾ ਸਾਲ ਡੇਢ ਸਾਲ ਪਿਆ ਰਿਆ ਐਦਾਂ ਹੀ ਤੇ ਸਾਨੂੰ ਇਹ ਸੀ ਮੈਨੂੰ ਜਾਰਡਨ ਵੀਰੇ ਨੇ ਜਦੋਂ ਵੀ ਮਿਲਣਾ ਉਹਨਾਂ ਨੇ ਇਹ ਕਹਿਣਾ ਵੀ ਯਾਰ ਸਾਡੇ ਗਰੁੱਪ ਚ ਜਿੰਨਾ ਵੀ ਸਭ ਨੂੰ ਗਾਣਾ ਬਹੁਤ ਪਸੰਦ ਆ ਅਸੀਂ ਸੁਣਦੇ ਹਾਂ ਸਾਰੇ ਸੁਣਦੇ ਹਾਂ ਅਸੀਂ ਜਦੋਂ ਵੀ ਸੁਣਦੇ ਆ ਤੇ ਮੈਂ ਅੰਦਰੋਂ ਅੰਦਰ ਹੀ ਮਾਂ ਚਲ ਖੁਸ਼ ਹੋਣਾ ਵੀ ਬਾਈ ਠੀਕ ਆ ਜੋ ਮੇਰੇ ਤੋਂ ਐਕਸਪੈਕਟ ਕੀਤਾ ਸੀ ਮੈਂ ਉਹ ਚੀਜ਼ ਡਿਲੀਵਰ ਕੀਤੀ ਫਿਰ ਉਹ ਗਾਣਾ ਬਣ ਕੇ ਜਦੋਂ ਆਇਆ ਫਿਰ ਉਹ ਗਾਣੇ 'ਚ ਹਲਕਾ ਜਿਹਾ ਸ਼ਾਰਟ ਵੀ ਹੈ ਮੇਰਾ ਜਦੋਂ ਨਾਮ ਆਉਂਦਾ ਨਾ ਹਲਕਾ ਜਿਹਾ ਸ਼ਾਰਟ ਵੀ ਹੈ ਉਸੇ ਹੀ ਗਾਣੇ ਦੀ ਗੱਲ ਕਰਦੇ ਆ ਰੀਸਨ ਜਿਹੜਾ ਆਪਾਂ ਗੱਲ ਕਰ ਰਹੇ ਸੀ ਦੋ ਵਾਰੀ ਦੀ ਹੈ ਨਾ ਹਾਂਜੀ ਤੇ ਉਹਦੀ ਸਟੋਰੀ ਤੁਸੀਂ ਉਹਦਾ ਵੀਰੇ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਉਹ ਹੈ ਕੁਝ ਹੋਰ ਸੀ ਤੇ ਬਣਾ ਕੇ ਆਪਾਂ ਕੁਝ ਹੋਰ ਲੋਕਾਂ ਨੇ ਬਹੁਤ ਪਸੰਦ ਕੀਤਾ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਵੀਰੇ ਹਾਨੀ ਵੀਰੇ ਦਾ ਮੈਨੂੰ ਪਰਸਨਲੀ ਮੈਸੇਜ ਆਇਆ ਅੱਛਾ ਹਾਨੀ ਸਿੰਘ ਹੂੰ ਉਹਨਾਂ ਨੂੰ ਪਰਸਨਲੀ ਮੈਸੇਜ ਆਇਆ ਕਿ ਮੈਂ ਦੇਖ ਰਿਹਾ ਸੀ ਵੀ ਇਹ ਗਾਣਾ ਕਿੰਨੇ ਲਿਖਿਆ ਤੇ ਉਹਨਾਂ ਨੇ ਜਾਰਡਨ ਵੀਰ ਨੂੰ ਪੁੱਛਿਆ ਉਹਨਾਂ ਤੇ ਬਾਈ ਨੇ ਦੱਸਿਆ ਫਿਰ ਇੰਸਟਾਗ੍ਰam ਤੇ ਆਇਆ ਮੈਸੇਜ ਹਾਂਜੀ ਇੰਸਟਾਗ੍ਰam ਤੇ ਮੈਸੇਜ ਆਇਆ اچھا ਮੈਂ ਭਾਈ ਉਸ ਦਿਨ ਮੈਂ ਫਿਰ ਪਤਾ ਨਹੀਂ ਮੈਂ ਨਾ ਐ ਸੀ ਵੀ ਤਸੇ ਹੋ ਜਾ ਹੁਣ ਮੈਂ ਉੱਡਣਾ ਹੈ ਬਹੁਤ ਵੱਡੀ ਗੱਲ ਸੀ ਭਾਈ ਹੰਨੀ ਵੀਰੇ ਹੁਣਾਂ ਨੂੰ ਵੇਖ ਸੁਣ ਸੁਣ ਕੇ ਆਪਾਂ ਹੈਨਾ ਉਦੋਂ ਨਿਊਜ਼ੀਲੈਂਡ ਹਾਂ ਜਦੋਂ ਅੰਗਰੇਜ਼ੀ ਵੀਟ ਉਹਨਾਂ ਦੀ ਉਹ ਮਾਈ ਜੀ ਟਾਈਮ ਸੀ ਜੋ ਸਮਝ ਨਹੀਂ ਆ ਰਿਹਾ ਸੀ ਕਿ ਕਿੱਦਾਂ ਜਾਵਾਂ ਹੈਨਾ ਜਦੋਂ ਸਮਝ ਨਹੀਂ ਸੀ ਆ ਰਹੀ ਤੇ ਤੁਸੀਂ ਜਿਹਨੂੰ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਆਈਡਲਾਈਜ਼ ਕਰਦੇ ਹੋ ਉਹਨਾਂ ਵੱਲੋਂ ਜਦੋਂ ਕੋਈ ਐਪਰੀਸ਼ੀਏਸ਼ਨ ਆਉਂਦੀ ਏ ਜਾਂ ਕੌਮਪਲੀਮੈਂਟ ਆਉਂਦਾ ਏ ਮੇਰੇ ਲਈ ਤਾਂ ਐਟ ਲੀਸਟ ਬਹੁਤ ਵੱਡੀ ਗੱਲ ਸੀ ਵੀਰੇਓ ਹੈਨਾ ਹੰਨੀ ਵੀਰੇ ਨੇ ਕੀ ਆਗੀ ਸੁਣਾ ਲਿਖਤਾ ਆ ਮੈਨੂੰ ਗਾਣਾ ਸੋਹਣਾ ਲੱਗਿਆ